मैं थोड़े नाल गल सांझी करन लग्या। मेरा ख्याल है मंगा तो जो मनिया जाणगियां मनिया जाणगियां वो तो गाह वाली गल है। वकील साहबान बैठे ने, पढ़ा लिखा तबका है। अज 22 दिन हो गए शाह तो बाद मीटिंग की गल अड़ी पई है। कई दिन सरकार कहती रही भी किसान जथेबंदियों के लीडर सरकार नू स्थान दसन ते मीटिंग का समा दसन। बार बार चिट्ठी आउंदी रही साढ़े आगू साहबान, असी वो चिट्ठी का जवाब देंदे रहे। आखिर जे समझ लिया जाए, जे सरकार सोथों समा मंगती है मीटिंग का, इहदा मतलब सरकार हार गई, तुसी सरकार हो गए, सरकार ने सोथों समा मंगया गा। इन्हां दे सरकार चलाउण दे प्रिंसीपल सकत्तरां नूं इन्हां नूं भुलेखा सी भी इह किसान लीडर घट पड़े ने, इन्हां नूं ज्ञान घट है। जदों सरदार बलबीर सिंह राजेवाल ने मीटिंग का समा दिता, फैसला होया, चिट्ठी लिखी, ते वो चिट्ठी का ते मीटिंग देन का ना इन्हां दे बुद्धिजीवियों नूं ते ना इन्हां दे मंत्रियों नूं ते ना इन्हां दी सरकार नूं राह नहीं थे आया भी हुण किहड़े तरीके नाल मीटिंग सदीए, राह नहीं थे आया। कल साडी मीटिंग थी, अज मीटिंग होनी थी सरकार दे नाल, साढ़े 3 बजे जदों इन्हां तों कोई राह ना निकलिया भी किसानां नूं जवाब की देवांगे, गल की करांगे, साढ़े 3 बजे चिट्ठी भेजती भी असीं बेनती करदे हां जे सानूं एक दिन होर दिता जावे। मन्नो इस गल नूं, सरकार लड़न वाले लोगों सोथों समा मंगदी है, एक दिन टाइम होर दिता जावे। समा देता बलबीर सिंह राजेवाल, साढ़े किसान आगू वो बोल के गए ने। मैं पहला सारिया स्टेजा तो कहना हुन्ना भी फाइनल मैच है, इको तो जित हार होनी है, जेड़ा रन कर गया समझ लो जित गया, पर मैनू भरोसा साडी टीम जितूगी ते साडी टीम जितूगी, सरकार हारूगी। मोदी तैनू भुलेखा है, जेड़ी जमीन तू साथों खोहण नू फिरदा है वो सानू किसे ने थाली च पा के परोस के नहीं दित्ती। भारत के लोगों ने, भारत के किसानों ने चार बड़िया जे कह दिए जमीन के अंदोलन लड़े ने, तो फिर असी जमीन के मालक बने आगे, ये तैनू भुलेखा है। साडियां टक्करां पहली बार नहीं,
ਓਏ ਸਾਡੀ ਟੱਕਰ ਆ। ਮੈਂ ਆਮ ਮੁਸਲਮਾਨਾਂ ਨੂੰ ਕਹਿੰਦਾ ਕਿ ਤੇ ਉਹਨੂੰ ਗੱਲ ਭੁਲੇਖਾ ਰਹਿ ਜੇ, ਸਾਡੀ ਟੱਕਰ ਮੁਸਲਮਾਨ ਸਾਮਰਾਜ ਨੇ ਰਹੀ, ਅਸੀਂ ਜਿੱਤੇ ਮੁਸਲਮ ਸਾਮਰਾਜ ਹਾਰਿਆ। ਜਦੋਂ ਸਾਡੇ ਗੁਰੂ ਕਹਿੰਦੇ ਜਬਰਨਾਮਾ ਲਿਖਿਆ ਉਹ ਹਾਰਿਆ ਤੇ ਅਸੀਂ ਜਿੱਤੇ। ਸਾਡੀ ਟੱਕਰ ਅੰਗਰੇਜ਼ ਸਾਮਰਾਜ ਨੇ ਰਹੀ, ਜਿਹੜੇ ਲੋਕ ਕਹਿੰਦੇ ਸੀਗੇ ਉਹਨਾਂ ਦਾ ਰਾਜ ਦੇ ਵਿੱਚ ਦੈਨੀ ਸ਼ਿਵਦਾ, ਉਸ ਲੜਾਈ ਦੇ ਵਿੱਚ ਸਰਦਾਰ ਭਗਤ ਸੇ, ਚਾਚਾ ਜੀ ਸੇ ਤੇ ਸਾਰੇ ਪਰਿਵਾਰ ਨੇ ਬੜੇ ਸਿਆਣੇ ਢੰਗ ਨਾਲ ਲੜਾਈ ਦਿੱਤੀ ਤੇ ਅੰਗਰੇਜ਼ਾਂ ਨੂੰ ਭਾਰਤ ਛੱਡ ਕੇ ਜਾਣਾ ਪਿਆ। ਅਸੀਂ ਵਾਰ ਵਾਰ ਸਟੇਜ ਤੋਂ ਕਿਉਂ ਕਹਿੰਦੇ ਹਾਂ ਗੱਲ ਲੀਡਰ, ਇਹ ਗੱਲ ਸਾਨੂੰ ਅਸੀਂ ਆਪਦੇ ਕੋਲੋਂ ਨਹੀਂ ਕਹਿੰਦੇ, ਇਹ ਗੱਲ ਸਾਨੂੰ ਸਰਦਾਰ ਭਗਤ ਸਿੰਘ ਕਹਿ ਕੇ ਗਿਆ। ਕਿਉਂ? ਜਦੋਂ ਭਾਰਤ ਆਜ਼ਾਦ ਹੋਇਆ ਸੀਗਾ ਦੋ ਲੀਡਰੀ ਸੀਗੇ, ਠੀਕ ਆ ਕੁਰਬਾਨੀਆਂ ਦੇ ਨਾਲੇ ਲੋਕ ਬਹੁਤ ਸੀਗੇ, ਪਰ ਅਗਵਾਈ ਕਿਰਤੀ ਲੋਕਾਂ ਦੀ ਅਗਵਾਈ ਕਰ ਰਿਹਾ ਸੀ ਭਗਤ ਸਿੰਘ ਤੇ ਪੂੰਜੀਵਾਦ ਸਾਮਰਾਜ ਦੀ ਅਗਵਾਈ ਕਰ ਰਿਹਾ ਸੀ ਗਾਂਧੀ। ਗਾਂਧੀ ਨੇ ਅੰਦੋਲਨ ਸ਼ਾਂਤ ਰੱਖਿਆ, ਉਹ ਆਪਦੀ ਜਮਾਤ ਨੂੰ ਰਾਜ ਦਵਾ ਗਿਆ ਤੇ ਭਗਤ ਸਿੰਘ ਅੰਦੋਲਨ ਜੇ ਕਹਿ ਦਈਏ ਗਰਮ ਹੋ ਗਿਆ ਤੇ ਭਗਤ ਸਿੰਘ ਸਾਡੇ ਵਾਸਤੇ ਫਾਂਸੀ ਚੜ ਗਿਆ। ਮੈਂ ਬੇਨਤੀ ਕਰਦਾ ਭਗਤ ਸਿੰਘ ਦੇ ਲੱਭਦਾ ਕਿ ਉਹ ਕਿਸਾਨ ਲੋਕੋ, ਨੌਜਵਾਨੋ, ਜਿੰਨਾ ਚਿਕਰ ਅੰਦੋਲਨ ਸ਼ਾਂਤ ਰੱਖਾਂਗੇ ਤੇ ਇਹਨਾਂ ਦੀ ਹਿੱਕ ਤੇ ਬੈਠੇ ਰਹਾਂਗੇ, ਲੰਮਾ ਸਮਾਂ ਬੈਠੇ ਰਹਾਂਗੇ। ਹਵਾਸ਼ਾ ਜਿੱਤ ਲੜਨ ਵਾਲੇ ਲੋਕਾਂ ਦੀ ਹੁੰਦੀ ਹੁੰਦੀ ਆ, ਜਿੱਤ ਹੋਊਗੀ ਤੁਹਾਡੀ। ਅਸੀਂ ਇਹ ਗੱਲ ਸਮਝਦੇ ਹਾਂ, ਟੱਕਰ ਸਾਡੀ ਮੋਦੀ ਮਾਦੀ ਕੋਈ ਚੀਜ਼ ਨਹੀਂ, ਇਹਦੀ ਕੋਈ ਸਰਕਾਰ ਸਾਡੇ ਮੂਹਰੇ ਚੀਜ਼ ਨਹੀਂ। ਸਾਡੀ ਟੱਕਰ ਕਿਹਦੇ ਨਾਲ ਹੈ? ਸਾਡੀ ਟੱਕਰ ਹੈ ਅੱਜ ਦੇ ਸਾਮਰਾਜਵਾਦ ਨਾਲ, ਪੂੰਜੀਵਾਦ ਨਾਲ। ਮੈਂ ਕਿਸਾਨੋ, ਮੈਂ ਇੱਕ ਗੱਲ ਕਹਿ ਕੇ ਆਪਦੀ ਇਸ ਗੱਲ ਸਮਾਪਤ ਕਰਨੀ ਹੈ। ਮੋਦੀ ਦਾ ਰਿਆਨਾ ਅਡਾਨੀ ਬਾਨੀ ਨੂੰ ਰੋਜ਼ਾਨਾ ਜੇ ਕਹਿ ਦਈਏ 35,000 ਕਰੋੜ ਦਾ ਰੋਜ਼ ਘਾਟਾ ਪੈਂਦਾ, ਤੇ ਜੇ ਆਪਾਂ ਇੱਕ ਸਾਲ ਲਾ ਦਈਏ ਤੇ ਉਹਦਾ ਪਤੀਲਾ ਮੂਧਾ ਵੱਧ ਜੂਗਾ। ਚਿੰਤਾ ਨਾਲ ਗੱਲ ਕਰਿਓ, ਹੌਸਲੇ ਨਾਲ ਬੈਠੇ ਰਹਿਓ। ਅੱਜ ਇੱਥੇ ਇੱਕ ਨਾਟਕ ਖੇਡਿਆ ਗਿਆ, ਮੇਰਾ ਖਿਆਲ ਹੈ ਮੇਰਾ ਨਾਂ ਆਇਆ, ਮੇਰੇ ਪਰਿਵਾਰ ਤੇ ਮੇਰੇ ਦੋਨੇ ਬੇਟਿਆਂ ਤੇ, ਮੇਰੇ ਕੋਲ ਆਪਦੇ ਉੱਥੇ ਜੀਪ ਰੱਖੀ ਹੋਈ ਆ ਪੰਜਾਬ ਦੇ ਵਿੱਚ 50-60 ਹਜ਼ਾਰ ਦੀ, ਉਹ ਜੀਪ ਤੇ ਵਾ ਕਹਿੰਦੇ ਇੱਕ ਫਿਲਮ ਬਣੀ ਹੈ, ਸਾਡੇ ਪਰਿਵਾਰ ਦੇ ਵਿਚਾਰਾਂ ਤੇ ਫਿਲਮ ਬਣੀ ਹੈ। ਤੇ ਇਸ ਕਰਕੇ ਮੈਂ ਬੇਨਤੀ ਕਰਦਾ ਖਾਸ ਕਰਕੇ ਨੌਜਵਾਨਾਂ ਨੂੰ, ਅਸੀਂ ਬੁੱਢੇ ਹੋ ਗਏ, ਜੇ ਆ ਅੰਦੋਲਨ ਦੇ ਵਿੱਚ ਕੋਈ ਗੜਬੜ ਹੁੰਦੀ ਹੈ, ਕੋਈ ਇੱਥੇ ਹੋਰ ਕੁਛ ਫੈਲਾਉਂਦਾ, ਨੌਜਵਾਨੋ ਤੁਹਾਡੀ ਡਿਊਟੀ ਬਣਦੀ ਆ ਉਹਨੂੰ ਰੋਕਣਾ। ਇੱਕ ਬੇਨਤੀ ਕਰਕੇ ਆਪਦੀ ਗੱਲ ਸਮਾਪਤ ਕਰੂੰਗਾ, ਜਿੰਨੀਆਂ ਟਰਾਲੀਆਂ ਨੇ ਹਿਰਕ ਟਰਾਲੀ ਕੋਲੇ, ਰਾਤ ਨੂੰ ਹਿਰਕ ਟਰਾਲੀ ਕੋਲੇ ਟ੍ਰੈਫਿਕ ਲੰਘਾਉਣ ਵਾਸਤੇ ਡਿਊਟੀ ਦਿਆ ਕਰੋ, ਆਪਾਂ ਆਪਦਾ ਕੰਮ ਸਾਰਾ ਕਰਨਾ। ਦਬਦੋ ਨਾਰੇ ਲਾ ਕੇ ਮੈਂ ਆਪਦੀ ਗੱਲ ਸਮਾਪਤ ਕਰਨੀ ਆ। ਮੈਂ ਨਾਰਾ ਭਗਤ ਸਿੰਘ ਦਾ ਲਾਉਣਾ, ਜਿਹੜਾ ਨਾਰਾ ਭਗਤ ਸਿੰਘ ਨੇ ਲਾਇਆ ਮੈਂ ਉਹੀ ਲਾਉਣਾ, ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਸਟੇਜ ਨੂੰ ਸਹਾਇਤਾ ਆਈ ਆ, ਹਰਵਿੰਦਰ ਸਿੰਘ 2,000 ਰੁਪਏ, ਪਰਮਜੀਤ ਸਿੰਘ ਲੁਧਿਆਣੇ ਤੋਂ 2,000 ਰੁਪਏ, ਅਠਵਾਲ ਪਿੰਡ ਦੀ ਸੰਗਤ ਵੱਲੋਂ 5,000 ਰੁਪਏ।